रावण का जी, रावण देवते ब्राह्मण सी, चार वेदों के ज्ञानी सी, ठीक है, बुराई का प्रतीक सी। उन्होंने अपनी भैन का बदला लैन पिछे तो उन्होंने वह स्टैप लिता, पर उन्होंने करैक्टर ठीक रहा, ठीक रहे। सीता माता नु आज तक नहीं। तुहाडा परिवार किवें इथों जिहड़ी पूजा करनी शुरू कीती ते किवें शुरू होया सारा? साडा परिवार है जी कि साडे फोर फादर ने जिन्होंने राम मंदिर बनाया। राम मंदिर करदे उन्होंने आख्या भी क्यों ना रावण देवता का भी बुत बनाया जाए, मूर्ति बनाई जाए, ताकि आने वाली जिन्नियां पीढ़ियां ने उन्हां दी पूजा करन। है तो ब्राह्मण सी, उच्च कहनी जी सी, ਉਹਨਾਂ ਦਾ ਇਸ ਕਾਰਨ ਅਸੀਂ ਪੂਜਾ ਕਰਦੇ ਹਾਂ। ਨਿੱਕੀ ਇੱਕ ਇਤਿਹਾਸ ਵੀ ਆਇਆ ਜਿਵੇਂ ਕਿ ਵੀ ਇੱਕ ਵਾਰ ਰਾਵਣ ਨੂੰ ਢਾਉਣ ਦੀ ਗੱਲ ਕੀ ਸੀਗਾ ਜੀ? ਹਾਂ ਜੀ ਹਾਂ, ਢਾਵਣ ਦਾ ਜੀ ਕੁਛ ਆਂਸਰਾਂ ਨੇ ਪਹਿਲ ਦੇ ਬਹੁਤ ਵਾਰ ਬੰਦਿਆਂ ਨੇ, ਉਹਨਾਂ ਨੇ ਆਖਿਆ ਕਿ ਲੈ ਵੀ ਪਹਿਲ ਦੀ ਡਿਵੈਲਪਮੈਂਟ ਨਹੀਂ ਹੋ ਰਹੀ, ਰਾਕਸ਼ਸ ਰੂਪ ਨੇ ਝੋਂਟ ਦੀ ਗੱਲ ਹੈ। ਹੋ ਗਏ ਇਹਨੂੰ 30-35 ਸਾਲ, 30 ਸਾਲ ਤੋਂ ਵੀ ਉੱਤੇ। ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਦੁਸ਼ਹਿਰਾ ਮਨਾ ਕੇ ਗਏ ਹਾਂ ਅਸੀਂ, ਸਾਡੇ ਬਜ਼ੁਰਗ ਰਾਤੀ ਉਹਨਾਂ ਨੇ ਕਰਾਤਾ। ਫਿਰ ਉਹਨਾਂ ਨੂੰ ਐਜ ਏ ਇੰਸਟਾਂਸ ਹਫ਼ਤਾ 10 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ SSP ਸਾਹਿਬ ਨੇ। ਚਲੋ ਪਰ ਹੈ ਕਿ ਉਹਨਾਂ ਨੇ ਆਪਣੀ ਗਲਤੀ ਮੰਨ ਦਿੱਤੀ। ਉਹਨਾਂ ਦੇ ਘਰ 4-5 ਟ੍ਰੈਜਡੀਆਂ ਹੋਈਆਂ, ਇੱਕ ਦੀ ਵਾਈਫ ਦੀ ਡੈਥ ਹੋਈ, ਇੱਕ ਦੀ ਕੋਈ ਲੜਕੀ ਸੀ ਉਹ ਗਏ, ਇੱਕ ਦਾ ਇੱਕ ਲੜਕਾ ਸੀ ਉਹਦਾ ਐਕਸੀਡੈਂਟ 'ਚ ਡੈਥ ਹੋਈ, 3-4 ਉਹਨਾਂ ਦੀਆਂ ਮੌਤਾਂ। ਉਹਨਾਂ ਨੇ ਮੰਦਰ ਆ ਕੇ ਆਪਣੀ ਮਾਫ਼ੀ ਮੰਗੀ ਅਤੇ ਉਹਨਾਂ ਨੇ ਫਿਰ ਰੂਪ ਬਣਾਇਆ ਜੀ ਰਾਵਣ ਜੀ ਦਾ। ਬੱਚੇ ਵੀ ਇਹੀ ਲੱਗੇ ਹੋਏ ਨੇ? ਹਾਂਜੀ ਹਾਂਜੀ, ਸਾਡੀ ਹੈ ਜੀ, ਸਾਡੀ 7ਵੀਂ ਪੀੜ੍ਹੀ ਹੈ, ਅੱਗੇ 8ਵੀਂ ਪੀੜ੍ਹੀ ਸਾਡੇ ਬੱਚਿਆਂ ਦੀ ਹੈ। ਬੱਚੇ ਵੀ ਸਾਡੇ ਟੈਸਟ ਲੈ ਰਹੇ ਨੇ, ਪੋਤੇ ਵੀ ਲੈ ਰਹੇ ਨੇ ਜੀ, ਪੋਤੇ ਵੀ ਲੈ ਰਹੇ ਨੇ ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕਨੇਡਾ ਤੋਂ, ਪੰਜਾਬ ਦੇ ਬਠਿੰਡਾ, ਪਠਾਨਕੋਟ, ਫੁਆੜੇ ਤੋਂ ਸਾਰੇ ਚੱਲੇ ਆ ਰਹੇ। ਕੋਈ ਆਊਟ ਆਫ ਕੰਟਰੀ ਹੈ, ਕੋਈ ਆਊਟ ਆਫ ਸਿਟੀ ਹੈ, ਤੋ ਕੋਸ਼ਿਸ਼ ਇਹੀ ਹੋਤੀ ਹੈ ਕਿ ਦੁਸਹਿਰੇ ਕੇ ਦਿਨੋਂ ਮੈਂ ਹਮ 15-20 ਦਿਨ ਕੇ ਲੀਏ ਯਹੀ ਸਭ ਪਰਿਵਾਰ ਇਕੱਠੇ ਹੋਤੇ ਹੈ। ਕੁਛ ਹਮਾਰੀ ਫੈਮਿਲੀ ਪਠਾਨਕੋਟ ਹੈ, ਕੁਛ ਬਠਿੰਡਾ ਹੈ, ਭੋਪਾਲ ਮੈਂ ਹੈ, ਤੋ ਅਬਰੋਡ ਮੈਂ ਹੈ, ਆਸਟ੍ਰੇਲੀਆ ਜਾਂ ਕਨੇਡਾ ਮੈਂ ਹੈ। ਤੋ ਹਮਾਰੀ ਕੋਸ਼ਿਸ਼ ਹੋਤੀ ਹੈ ਕਿ ਹਮ ਲੋਕ ਦੁਸਹਿਰੇ ਕੋ ਯਹਾਂ ਪੇ ਆ ਕੇ ਪੂਜਨ ਕਰਨੇ ਕੇ ਲੀਏ ਪਰਿਵਾਰ ਇਕੱਠੇ ਹੋਤੇ ਹੈ। ਔਰ ਯੇ ਇੱਕ ਧਰੋਹਰ ਹਮਾਰੇ ਬਜ਼ੁਰਗੋਂ ਕੀ, ਮੈਂ ਅਭੀ ਉਨਕੀ 8ਵੀਂ ਪੀੜ੍ਹੀ ਸੇ ਯਾਨੀ ਕਿ ਬਿਲੋਂਗ ਕਰਤਾ ਹੂੰ। ਥੋੜ੍ਹੇ ਅਸੁਰ ਪਰਿਵਾਰ ਸੇ ਵੀ ਸੰਬੰਧਿਤ ਥੇ, ਇਸ ਲਈ ਮਦਿਰਾ ਪਾਨ ਕੇ ਵੀ ਸ਼ੌਕੀਨ ਥੇ। ਹਮ ਉਨਕਾ ਬਕਾਇਦਾ ਪੂਜਨ ਕੇ ਬਾਅਦ ਉਨਕੋ ਮਦਿਰਾ ਵੀ ਦੇਤੇ ਹੈ, ਉਨਕੋ ਸਪਰੇਅ ਕਰਤੇ ਹੈ, ਔਰ ਬਲੀ ਕੀ ਜਗ੍ਹਾ ਹਮ ਬੱਕਰੇ ਕੋ ਲਾ ਕਰ ਉਸਕੇ ਕਾਨ ਮੇਂ ਥੋੜ੍ਹਾ ਸਾ ਕੱਟ ਲਗਾ ਕਰ ਪੰਚ ਕਰਕੇ ਬਲੱਡ ਦੇਤੇ ਹੈ 2-3 ਡ੍ਰੌਪ। ਔਰ ਵੈਸੇ ਯਹਾਂ ਪ੍ਰਸ਼ਾਦ ਜੋ ਸ਼੍ਰੀ ਰਾਮ ਕਾ ਯਹਾਂ ਪ੍ਰਸ਼ਾਦ ਬਣਤਾ ਹੈ, ਕੋਈ ਪ੍ਰਸ਼ਾਦ ਦੇਤੇ ਹੈ, ਕੋਈ ਐਸੇ ਮਾਸ ਮਦਿਰਾ ਯਹਾਂ ਕੋਈ ਪ੍ਰਸ਼ਾਦ ਨਹੀਂ। ਇੱਕ ਬੈਂਕ ਆਫਿਸਰ ਰਿਟਾਇਰ ਹੋਏ ਹੈ, ਮਿਸਟਰ ਦਰਬਾਰ ਸਿੰਘ ਗੁੱਡੂ ਜੀ ਕਹਤੇ ਹਾਂ, ਉਹ ਪਰਿਵਾਰ ਯਾ ਗੁਰਮੁਖ ਸਿੱਖ ਹੈ, ਉਹ 50 ਸਾਲ ਸੇ ਹਮਾਰੇ ਸਾਹਿਬ ਸੇ ਮੰਦਰ ਸੇ ਜੁੜੇ ਹੈ। ਯਹਾਂ ਤੱਕ ਕਿ ਅਗਰ ਕੋਈ ਬਾਬਾ ਜੀ ਹਮਾਰੇ ਕਭੀ ਤੀਰਥ ਯਾਤਰਾ ਮੈਂ ਗਏ ਹਾਂ ਮਹੀਨਾ 2 ਮਹੀਨੇ ਕੇ ਲੀਏ, ਤੋ ਧੂਪ ਬੱਤੀ ਵੀ ਉਨ੍ਹੀਂ ਕਾ ਪਰਿਵਾਰ ਕਰਤਾ ਯਹਾਂ। ਤੋ ਯਹਾਂ ਪੇ ਕਭੀ ਦੇਖੀਏਗਾ, ਯਹਾਂ ਇਸ ਪਾਇਰ ਵਾਸੀਓਂ ਕੇ ਸਹਿਯੋਗ ਸੇ ਇਹ ਚੀਜ਼ ਹੋਤੀ ਹੈ। ਹਰ ਸਾਲ ਹਮ ਉਸ ਰੀਤ ਕੋ ਕਰਨੇ ਆਤੇ ਹੈ ਯਹਾਂ ਪੇ, ਔਰ ਯਹਾਂ ਪੇ ਕੋਈ ਐਸਾ ਕੋਈ ਆਪਸ ਮੇਂ ਕਭੀ ਹਮਨੇ ਕਟੁਤਾ ਨਹੀਂ ਦੇਖੀ, ਸਭ ਲੋਕ ਮਿਲ ਕੇ ਯਹਾਂ ਰਾਮਲੀਲਾ ਦੇਖਤੇ ਵੀ ਹੈ, ਰਾਮਲੀਲਾ ਪਲੇ ਵੀ ਕਰ।